ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਚਾਰ ਵਾਰ ਦੇ MLA ਅਤੇ ਹਰੀਨਗਰ ਅਤੇ ਜਿਨ੍ਹਾਂ ਦਾ ਹਰੀਨਗਰ ਦੇ ਵਿੱਚ ਕਾਫੀ ਵੱਡਾ ਦਬਦਬਾ ਰਿਹਾ ਹੈ HS ਬੱਲੀ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਲੀ ਸਾਹਿਬ ਕੀ ਕਾਰਨ ਰਿਹਾ ਕਿ ਬੀਜੇਪੀ ਇੰਨੀ ਪੁਰਾਣੀ ਤੁਸੀਂ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬੀਜੇਪੀ ਦੇ ਏਜੰਡੇ 'ਚ ਦਿੱਲੀ ਨਹੀਂ ਹੈਗੀ ਇਹ ਇੱਕ ਕਾਰਨ ਹੈ ਕਿ ਪਿਛਲੇ 23 ਸਾਲਾਂ ਤੋਂ ਦਿੱਲੀ ਤੋਂ ਬੀਜੇਪੀ ਜਿਹੜੀ ਹੈ ਬਾਹਰ ਚਲੀ ਗਈ ਸੱਤਾ ਦੀ ਦੌਰ 'ਚੋਂ ਹੀ ਬਾਹਰ ਚਲੀ ਗਈ ਦਿੱਲੀ ਦੇ ਲਈ ਕੁਛ ਕਰਨਾ ਦਿੱਲੀ ਦੇ ਲਈ ਕੁਛ ਕਹਿਣਾ ਇਹਦੇ ਵਿੱਚ ਸਾਡੇ ਵੱਡੇ ਲੀਡਰ ਸ਼ਰਮ ਮਹਿਸੂਸ ਕਰਦੇ ਸਨ ਔਰ ਮੈਂ ਦਿੱਲੀ ਦਾ ਇੱਕ ਵਾਸੀ ਹਾਂ ਦਿੱਲੀ ਦੇ ਲੋਕਾਂ ਨੇ ਮੈਨੂੰ 25 ਸਾਲ ਤੱਕ ਚੁਣਿਆ 5 ਸਾਲ ਕਾਰਪੋਰੇਟਰ ਰੱਖਿਆ 20 ਸਾਲ ਤੱਕ MLA ਰੱਖਿਆ 5 ਸਾਲ ਮਿਨਿਸਟਰ ਰੱਖਿਆ ਮੈਂ ਉਹਨਾਂ ਦਾ ਰਿਣ ਨਹੀਂ ਉਤਾਰ ਸਕਦਾ ਉਹਨਾਂ ਦਾ ਰਿਣ ਉਤਾਰਨ ਲਈ ਮੈਨੂੰ ਦਿੱਲੀ ਦੀ ਸੇਵਾ ਕਰਨੀ ਪਏਗੀ ਉਹਦੇ ਲਈ MLA ਮਿਨਿਸਟਰ ਬਣਨਾ ਜਾਂ ਕਾਰਪੋਰੇਟਰ ਬਣਨਾ ਜ਼ਰੂਰੀ ਨਹੀਂ ਮੈਂ ਉਸ ਸਾਰੇ ਨੂੰ ਆਧਾਰ ਰੱਖ ਕੇ ਔਰ ਕੇਜਰੀਵਾਲ ਜੀ ਨੇ ਜੋ ਨਾਰਾ ਦਿੱਤਾ ਹੈ ਕਿ ਮੈਨੂੰ ਕੰਮ ਦੇ ਆਧਾਰ 'ਤੇ ਵੋਟ ਦਿਓ ਧਰਮ ਜਾਤੀ ਜਾਂ ਕਿਸੇ ਹੋਰ ਆਧਾਰ 'ਤੇ ਨਹੀਂ ਮੈਂ ਉਹਨਾਂ ਨਾਲ ਸ਼ਾਮਿਲ ਹੋਇਆ ਕਿਹੜੀਆਂ ਮੁੱਖ ਚੀਜ਼ਾਂ ਤੁਹਾਨੂੰ ਲੱਗਦਾ ਕਿ ਬੀਜੇਪੀ ਤੁਸੀਂ ਕਹਿ ਰਹੇ ਭਟਕ ਗਈ ਹੈ ਉਹਨਾਂ ਚੀਜ਼ਾਂ ਤੋਂ ਕਿਹੜੀਆਂ ਚੀਜ਼ਾਂ ਤੋਂ ਭਟਕ ਗਈ ਹੈ ਭਟਕਦਾ ਤਾਂ ਹੁੰਦਾ ਜਿਹੜਾ ਚੱਲੇ ਅਤੇ ਜਿਹੜਾ ਚੱਲੇ ਹੀ ਨਾ ਉਹਨੇ ਕੀ ਭਟਕਣਾ ਬੀਜੇਪੀ ਖੜ੍ਹਾ ਹੋਇਆ ਪਾਣੀ ਬਣ ਗਿਆ ਦਿੱਲੀ ਦੇ ਵਾਸਤੇ ਔਰ ਖੜ੍ਹੇ ਪਾਣੀ ਦੇ ਵਿਚਕਾਰ ਤੁਸੀਂ ਸੋਚ ਸਕਦੇ ਹੋ ਕੀ ਹੁੰਦਾ ਜਦੋਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਇਹ ਆਰੋਪ ਲੱਗਾ ਗਿਆ ਕਿ ਸਿੱਖ ਚਿਹਰੇ ਨੂੰ ਇੰਨੀ ਤਰਜੀਹ ਨਹੀਂ ਦਿੱਤੀ ਗਈ ਟਿਕਟ ਵੀ ਦੋ ਸਿੱਖ ਚਿਹਰਿਆਂ ਦੀ ਕੱਟ ਦਿੱਤੀ ਗਈ ਹੈ ਉਹਨਾਂ ਨੇ ਆਰੋਪ ਲਾਇਆ ਕਿ ਐਂਟੀ ਸਿੱਖ ਹੋ ਗਈ ਹੈ ਪਾਰਟੀ ਤੁਸੀਂ ਕਿਸ ਤਰ੍ਹਾਂ ਦੇ ਗੱਲ ਇਹ ਉਹਦੇ ਵਿੱਚ ਕਈ ਹੋਰ ਆਧਾਰ ਹੋ ਸਕਦੇ ਧਰਮ ਦੇ ਨਾਂ ਦੇ ਉੱਤੇ ਵੋਟ ਨਹੀਂ ਮਿਲਦੀ ਧਰਮ ਦੇ ਨਾਂ 'ਤੇ ਬੰਦਿਆਂ ਨੂੰ ਵੋਟਾਂ ਨਹੀਂ ਮਿਲਦੀਆਂ ਧਰਮ ਦੇ ਨਾਂ ਦੇ ਉੱਤੇ ਹੀ ਸਾਰਾ ਕੁਝ ਨਹੀਂ ਚੱਲਦਾ ਇਹ ਰਾਜਨੀਤੀ ਸ਼ਾਇਦ ਆਮ ਆਦਮੀ ਦੇ ਉਹਦੇ ਵਿੱਚ ਹੀ ਨਹੀਂ ਹੈਗੀ ਕੰਮ ਦੇ ਆਧਾਰ 'ਤੇ ਉਹਨਾਂ ਗੱਲ ਕੀਤੀ ਹੈ ਕਿ ਕੰਮ ਦੇ ਆਧਾਰ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਵੋਟ ਮੰਗੀ ਹੈ ਕਿਸੇ ਜਗ੍ਹਾ ਕੇਜਰੀਵਾਲ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਸ ਆਧਾਰ 'ਤੇ ਵੋਟ ਦਿਓ ਦਿੱਲੀ ਦੇ ਵਿੱਚ ਬੀਜੇਪੀ ਅਤੇ ਅਕਾਲੀਆਂ ਦਾ ਗਠਬੰਧਨ ਨਹੀਂ ਹੋਇਆ ਚੋਣਾਂ ਵਾਸਤੇ ਨਾ ਅਕਾਲੀ ਲੜ ਰਹੇ ਨੇ ਇਹਦਾ ਫਾਇਦਾ ਮਿਲੇਗਾ ਆਮ ਆਦਮੀ ਪਾਰਟੀ ਨੂੰ ਗੱਲ ਇਹ ਕਿ ਅਕਾਲੀ ਦਲ ਹੀ ਹੁਣ ਦੋ ਤਿੰਨ ਹੋ ਗਏ ਨੇ ਦਿੱਲੀ ਦੇ ਵਿਚਕਾਰ ਇਹਦਾ ਕੀ ਕਿਹਾ ਜਾ ਸਕਦਾ ਇਹਦਾ ਜਵਾਬ ਤਾਂ ਅਕਾਲੀ ਦੇ ਸਕਦੇ ਨੇ ਲੇਕਿਨ ਇਸ ਟਾਈਮ ਜੋ ਦਿੱਲੀ ਦੇ ਵਿਚਕਾਰ ਆਮ ਪੰਜਾਬੀ ਅਤੇ ਸਿੱਖ ਵੋਟਰ ਦਾ ਝੁਕਾਵ ਹੈ ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਗਾ ਮੇਰੇ ਤੋਂ ਜ਼ਿਆਦਾ ਤੁਸੀਂ ਪ੍ਰੈਸ ਵਾਲੇ ਮੀਡੀਆ ਵਾਲੇ ਜਾਣਦੇ ਹੋ ਕਿ ਉਹਨਾਂ ਦਾ ਝੁਕਾਵ ਕਿਸ ਤਰਫ ਹੈ ਜਿਹੜਾ ਸਿੱਖ ਵੋਟਰ ਬੀਜੇਪੀ ਨਾਲ ਜੁੜਿਆ ਹੋਇਆ ਸੀ ਉਹ ਲੱਗਦਾ ਉਹ ਟੁੱਟੇਗਾ ਬੀਜੇਪੀ ਤੋਂ ਜਾਂ ਆਮ ਆਦਮੀ ਪਾਰਟੀ ਨੂੰ ਜਾਏਗਾ ਜਾਂ ਅਕਾਲੀ ਦਾ ਜਿਹੜਾ ਹੈ ਬੀਜੇਪੀ ਦੇ ਨਾਲ ਸਿੱਖ ਵੋਟਰ ਕਦੀ ਜੁੜਿਆ ਹੀ ਨਹੀਂ ਸੀ ਇਹ ਮਦਨ ਲਾਲ ਖੁਰਾਣਾ ਜੀ ਅਤੇ ਮੇਰੀ ਮਿਹਨਤ ਸੀ ਕਿ ਅਸੀਂ ਸਿੱਖ ਵੋਟਰ ਨੂੰ ਲੈ ਕੇ ਬੀਜੇਪੀ ਨਾਲ ਜੋੜ ਦਿੱਤਾ ਸੀ ਮੈਂ ਕਾਰਪੋਰੇਸ਼ਨ ਦਾ ਮੈਂਬਰ ਸਾਂ ਤਦ ਵੀ ਇਕੱਲਾ ਬੀਜੇਪੀ ਦਾ ਮੈਂਬਰ ਸਾਂ ਸਿੱਖ ਅਤੇ ਅਗਰ MLA ਸਾਂ 20 ਸਾਲ ਤੱਕ ਤਾਂ ਇਕੱਲਾ ਸਿੱਖ MLA ਸਾਂ ਮਿਨਿਸਟਰ ਸਾਂ ਤਾਂ ਇਕੱਲਾ ਸਿੱਖ MLA ਸਾਂ ਹੋਰ ਸਾਰੇ 69 ਇਲਾਕਿਆਂ 'ਚ ਉਧਾਰ ਕਿੱਥੇ ਚਲਾ ਜਾਂਦਾ ਸੀ ਔਰ ਮੈਂ ਕਦੀ ਅੱਜ ਸਿੱਖ ਵੋਟ ਨਹੀਂ ਮੰਗੀ ਮੇਰਾ ਇਲਾਕਾ ਜਿਹੜਾ ਉਹਦੇ 'ਚ ਹਿੰਦੂ ਵੋਟ ਬਹੁਤ ਜ਼ਿਆਦਾ ਹੈ ਕ੍ਰਿਸਚਨ ਵੋਟ ਵੀ ਹੈ ਮੁਸਲਮਾਨ ਵੋਟ ਵੀ ਹੈ ਤਿਹਾੜ ਵਰਗੇ ਪਿੰਡ ਵੀ ਆ ਨੇ ਖਿਆ ਆਪਣਾ ਕੀ ਨਾਂ ਹੈ ਨਾਂਗਲ ਹੈ ਫਤਿਹਪੁਰ ਹੈ ਆਪਣਾ ਨੰਗਲੀ ਸਕਰਾਵਤੀ ਹੈ ਪੰਜ ਪਿੰਡ ਨੇ ਜੱਟਾਂ ਦੇ ਲੇਕਿਨ ਸਾਰੇ ਮੈਨੂੰ ਵੋਟ ਦਿੰਦੇ ਸਨ ਸਾਰਿਆਂ 'ਚ ਮੈਂ ਜਿੱਤਦਾ ਰਿਹਾ ਵੋਟ ਧਰਮ ਦੇ ਆਧਾਰ 'ਤੇ ਨਹੀਂ ਕੰਮ ਦੇ ਆਧਾਰ 'ਤੇ ਮੰਗੋਗੇ ਤਾਂ ਬੇਸ ਬਣੇਗਾ ਇਸ ਵਕਤ ਜਿਹੜੀ ਪਾਰਟੀ ਦੇ ਉਮੀਦਵਾਰ ਨੇ ਤਜਿੰਦਰ ਬੱਗਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਗਰਾਊਂਡ 'ਤੇ ਲੱਗਦਾ ਉਹ ਕੁਛ ਕਮਾਲ ਦਿਖਾ ਪਾਉਣਗੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਹੀ ਵੋਟ ਮਿਲਣਗੇ ਉੱਥੇ ਬਸ 8 ਤਰੀਕ ਨੂੰ ਜੋ ਰਿਜ਼ਲਟ ਹੋਏਗਾ ਉਹਨੂੰ ਵੀ ਪਤਾ ਮੈਨੂੰ ਵੀ ਪਤਾ ਹੁਣ ਆਮ ਆਦਮੀ ਪਾਰਟੀ ਵਿੱਚ ਤੁਹਾਡੀ ਕੀ ਭੂਮਿਕਾ ਹੋਏਗੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਇੱਕ ਮਿੱਟੀ ਦਾ ਜ਼ਰਾ ਮੈਂ ਤਾਂ 8 ਤਰੀਕ ਤੱਕ ਜਿੱਥੇ ਜਿੱਥੇ ਮੇਰੀ ਡਿਊਟੀ ਲਾਏਗੀ ਇੱਕ ਸਟਰੀਟ ਵਰਕਰ ਦੀ ਤੌਰ 'ਤੇ ਵੀ ਕੰਮ ਕਰਾਂਗਾ ਭੂਮਿਕਾ ਕੋਈ ਦੇਣੀ ਨਾ ਦੇਣੀ ਨਾ ਮੈਂ ਮੰਗੀ ਨਾ ਕੀਤੀ ਜਿੱਥੇ ਮੈਨੂੰ ਕਹਿਣਗੇ ਉੱਥੇ ਮੈਂ ਕੰਮ ਕਰਾਂਗਾ ਮੇਰਾ ਆਖਰੀ ਸਵਾਲ ਹੈ ਜੇ ਸਰਕਾਰ ਦੁਬਾਰਾ ਬਣਦੀ ਆਮ ਆਦਮੀ ਪਾਰਟੀ ਦੀ ਤਾਂ
ਸਿੱਖ ਵੋਟਰ ਜਿਹੜਾ ਉਮੀਦ ਲਾਉਂਦਾ ਹੈ ਕਿ ਸਿੱਖ ਚਿਹਰਾ ਕੋਈ ਅੰਦਰ ਪਾਰਟੀ ਦੇ ਵਿੱਚ ਹੋਏ, ਉਹਦੇ ਵਾਸਤੇ ਕਿਆ ਕੁਝ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਹੋਰ ਹੋਣ ਵਾਲੀਆਂ ਚਾਹੀਦੀਆਂ? ਗੱਲ ਇਹ ਹੈ ਕਿ ਮੈਂ ਸਿੱਖਾਂ ਅਤੇ ਪੰਜਾਬੀਆਂ ਦਾ ਲੀਡਰ ਮੰਨਿਆ ਜਾਂਦਾ, ਲੇਕਿਨ ਮੈਨੂੰ ਵੈਸ਼ ਬਰਾਦਰੀ ਦੇ ਵੀ ਸਭ ਤੋਂ ਵੱਧ ਵੋਟ ਮਿਲਦੇ ਨੇ। ਮੈਂ ਇਹਨਾਂ ਤਿੰਨਾਂ ਦੇ ਲਈ ਲੜਾਈ ਲੜਾਂਗਾ ਜਿੱਥੇ ਇਹਨਾਂ ਦੇ ਹਿੱਤਾਂ ਦੀ ਲੜਾਈ ਹੋਏਗੀ ਆਪਣੀ ਪਾਰਟੀ ਦੇ ਵਿਚਕਾਰ, ਔਰ ਇਹਨਾਂ ਦਾ ਕੋਈ ਵੀ ਹਕੂਕ ਜਿਹੜਾ ਇਹਨਾਂ ਨੂੰ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਬਿਲਕੁਲ, ਇਹ ਸੀ ਮੇਰੇ ਨਾਲ ਐਚ ਐਸ ਬੱਲੀ, ਜਿਹੜੇ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਕਾਫੀ ਪੁਰਾਣੇ ਬੀਜੇਪੀ ਦੇ ਲੀਡਰ ਰਹੇ ਨੇ। ਇਹਨਾਂ ਦਾ ਕਹਿਣਾ ਕਿ ਬੀਜੇਪੀ ਆਪਣੇ ਜਿਹੜਾ ਰਸਤਾ ਸੀ ਉਹ ਤੋਂ ਭਟਕ ਗਈ ਹੈ ਅਤੇ ਹੁਣ ਦਿੱਲੀ 'ਚ ਕੋਈ ਬੀਜੇਪੀ ਦਾ ਆਧਾਰ ਨਹੀਂ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ੇ ਨਾਲ ਨਿਤਿਨ ਦੀਵਾਨ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।